ਸਤਿ ਸ਼੍ਰੀ ਅਕਾਲ ਜੀ। ਆਪਣੀ ਸੀਰੀ ਚੱਲ ਰਹੀ ਹੈ ਜੀ ਮੇਰੇ ਪਿੰਡ ਦੀਆਂ ਗਲੀਆਂ। ਪਿਛਲੇ ਭਾਗ 'ਚ ਆਪਾਂ ਆਪਣੇ ਪਿੰਡ ਦੀ ਸਿਰਨੀ ਦੇ ਅੰਦਰ ਜਾਂ ਪਿੰਡ ਦੀ ਆਬਾਦੀ ਦੇਹ ਦੇ ਅੰਦਰਲਾ ਜੋ ਰਕਬਾ ਹੈ ਉਹਦੇ ਪੂਰੇ ਦੇ ਪੂਰੇ ਦ੍ਰਿਸ਼ ਉਹ ਦੇਖਣੇ ਕੀਤੇ ਨੇ ਜੀ। ਅਤੇ ਹੁਣ ਆਪਾਂ ਅੱਜ ਦੇ ਵਲੋਗ ਦੇ ਵਿੱਚ ਭਾਵ ਕਿ ਭਾਗ 3 ਦੇ ਵਿੱਚ ਆਪਾਂ ਪਿੰਡ ਦੀ ਸਿਰਨੀ ਤੋਂ ਬਾਹਰਲੇ ਵਾਲੇ ਪਾਸੇ ਸਾਡੇ ਪਿੰਡ ਦੀਆਂ ਜੋ ਆਬਾਦੀਆਂ ਬਣੀਆਂ ਨੇ ਜਾਂ ਕਹਿ ਲਓ ਪਿੰਡ ਦੀ ਜੋ ਆਊਟਰ ਗਰੋਥ ਹੈ ਜਿਹਦੇ ਵਿੱਚ ਪਿੰਡ ਦੀ ਉੱਤਰੀ ਬਾਹੀ ਵਾਲੇ ਪਾਸੇ ਪਿੰਡ ਦੇ ਸਕੂਲ ਵਾਲੇ ਪਾਸੇ ਖਰਲ ਕਲਾਂ ਦਾ ਖਰਲ ਖੁਰਦ ਵਾਲੇ ਜੋ ਚੌਂਕ ਪਾਸ ਬਣਦੇ ਨੇ ਉਹਨਾਂ ਵਾਲੇ ਪਾਸੇ ਜੋ ਆਬਾਦੀਆਂ ਬਣੀਆਂ ਨੇ ਅੱਜ ਆਪਾਂ ਉਹਨਾਂ ਦੇ ਦ੍ਰਿਸ਼ ਦੋਸਤੋ ਉਹ ਦੇਖਾਂਗੇ ਜੀ। ਠੀਕ ਹੈ ਦੋਸਤੋ, ਬਣ ਰਹੇ ਹੋ ਚੈਨਲ ਦੇ ਨਾਲ, ਆਪਾਂ ਕਰਦੇ ਹਾਂ ਫਿਰ ਤੋਂ ਸਫ਼ਰ ਦੀ ਸ਼ੁਰੂਆਤ। ਸਾਹਮਣੇ ਪਾਸੇ ਨਕਸ਼ੇ ਉੱਪਰ ਜੋ ਨਾ ਲਾਲ ਰੰਗ 'ਚ ਰਕਬਾ ਦਰਸਾਇਆ ਗਿਆ, ਅੱਜ ਆਪਾਂ ਇਸ ਰਕਬੇ ਦੇ ਦ੍ਰਿਸ਼ ਉਹ ਦੇਖਾਂਗੇ ਜੀ। ਅਤੇ ਸ਼ੁਰੂ ਕਰਦੇ ਹਾਂ ਜੀ ਪਿੰਡ ਖਰਲ ਖੁਰਦ ਵਾਲੇ ਚੌਂਕ ਤੋਂ ਸਰਦਾਰ ਅਵਤਾਰ ਸਿੰਘ ਹੁਣਾਂ ਦੇ ਘਰ ਤੋਂ। ਅਤੇ ਇਸ ਘਰ ਤੋਂ ਆਪਾਂ ਸਫ਼ਰ ਸ਼ੁਰੂ ਕਰਨਾ ਜੀ ਪਿੰਡ ਖਰਲ ਖੁਰਦ ਵਾਲੇ ਪਾਸੇ, ਅਤੇ ਸਾਹਮਣੇ ਵਾਲੇ ਪਾਸੇ ਇੱਕ ਬਹੁਤ ਪੁਰਾਣੀ ਜੋ ਹਵੇਲੀ ਹੈ ਸਾਨੂੰ ਉਹ ਨਜ਼ਰ ਆਵੇਗੀ ਜੀ। ਚਲੋ ਜੀ ਇਸ ਹਵੇਲੀ ਨੂੰ ਕਰਦੇ ਹਾਂ ਕ੍ਰੋਸ। ਅਤੇ ਹੁਣ ਰਾਹ ਦੇ ਸੱਜੇ ਅਤੇ ਖੱਬੇ ਪਾਸੇ ਸਾਨੂੰ ਜੋ ਬਾਉਂਡਰੀ ਵਾਲ ਦਿਸ ਰਹੀਆਂ ਨੇ ਇਹ ਦੋਨੇ ਪਾਸੇ ਹਵੇਲੀਆਂ ਉਹ ਬਣੀਆਂ ਹੋਈਆਂ ਸੀ। ਅਤੇ ਥੋੜ੍ਹੀ ਜਿਹੀ ਨਿਗਾਹ ਆਪਾਂ ਸੱਜੇ ਵਾਲੇ ਪਾਸੇ ਮਾਰੀਏ ਤਾਂ ਸਾਨੂੰ ਜੋ ਪਿੰਡ ਦੀ ਨਾ ਜੋ ਪੂਰਬੀ ਬਾਹੀ ਹੈ ਫਿਰਨੀ ਦੇ ਬਾਹਰਲੇ ਵਾਲੇ ਪਾਸੇ ਸਾਨੂੰ ਇਹ ਘਰ ਦਿਖਾਈ ਦਿੰਦੇ ਨੇ ਜੀ, ਜਿਨ੍ਹਾਂ ਵਿੱਚ ਸਰਦਾਰ ਸੁਖਦੇਵ ਸਿੰਘ ਉਹਨਾਂ ਦਾ ਘਰ ਹੈ ਅਤੇ ਨਾਲ ਸਰਦਾਰ ਮੋਹਨ ਸਿੰਘ ਉਹਨਾਂ ਦਾ ਘਰ, ਅਤੇ ਬਾਕੀ ਕੁਝ ਹਵੇਲੀਆਂ ਵੀ ਇਸ ਪਾਸੇ ਸਾਨੂੰ ਨਜ਼ਰ ਆਉਣੀਆਂ ਜੀ। ਚਲੋ ਆਪਾਂ ਹੁਣ ਚੱਲਦੇ ਹਾਂ ਜੀ ਖੱਬੇ ਪਾਸੇ ਜੋ ਕਿ ਪਿੰਡ ਦੇ ਛੱਪੜ ਦੇ ਨਾਲ ਜੋ ਰਸਤਾ ਜੋ ਗਲੀ ਜਾਂਦੀ ਹੈ ਜੀ, ਅਤੇ ਇਸ ਪਾਸੇ ਸਾਨੂੰ ਸੱਜੇ ਪਾਸੇ ਪਿੰਡ ਦਾ ਛੱਪੜ ਉਹ ਦਿਖਾਈ ਦੇਵੇਗਾ ਜੀ ਜੋ ਕਿ ਸਾਡੇ ਪਿੰਡ ਤੋਂ ਖਰਲ ਖੁਰਦ ਵਾਲੇ ਰਾਹ ਦੇ ਬਿਲਕੁਲ ਐਨ ਕੋਰਨਰ ਦੇ ਉੱਪਰ ਬਣਿਆ ਹੋਇਆ ਜੀ। ਛੱਪੜ ਨੂੰ ਕਰਦੇ ਕ੍ਰੋਸ ਅਤੇ ਇਸ ਗਲੀ ਰਾਹੀਂ ਆਪਾਂ ਗਾਂਹ ਵੱਧਦਿਆਂ ਦੇ ਸਾਹਮਣੇ ਪਾਸੇ ਸਾਨੂੰ ਜੋ ਨਾਸ਼ਪਾਤੀ ਦੇ ਬਾਗ ਉਹ ਦਿਖਾਈ ਦਿੰਦੇ ਨੇ ਜੀ। ਖੱਬੇ ਪਾਸੇ ਮੁੜਦੇ ਹਾਂ ਜੀ, ਅਤੇ ਖੱਬੇ ਪਾਸੇ ਮੁੜਦੇ ਸਾਰ ਬਹੁਤ ਸੋਹਣੀ ਗਲੀ, ਦੋਨੇ ਪਾਸੇ ਬਣੀਆਂ ਹੋਈਆਂ ਪੱਕੀਆਂ ਨਾਲੀਆਂ, ਇੱਕ ਵਧੀਆ ਵਿਕਾਸ ਦੀ ਜੋ ਉਦਾਹਰਨ ਹੈ ਉਹ ਪੇਸ਼ ਕਰਦੀਆਂ ਜੀ। ਸੱਜੇ ਪਾਸੇ ਪੱਥਰਾਂ ਨੇ, ਖੱਬੇ ਪਾਸੇ ਪਿੰਡ ਦੇ ਜੋ ਮਤਲਬ ਖੇਤ ਖਲਿਆਣ ਕਹਿ ਸਕਦੇ ਹਾਂ ਜੀ, ਇੱਥੋਂ ਇੱਕ ਰਸਤਾ ਮੁੜਦਾ ਜਾਂ ਗਲੀ ਮੁੜਦੀ ਜੀ ਖੱਬੇ ਪਾਸੇ। ਦੋਸਤੋ ਇਹ ਜੋ ਗਲੀ ਹੈ ਨਾ ਇਹ ਸਿੱਧੀ ਜਾ ਕੇ ਹੈ ਨਾ ਸਾਡੇ ਪਿੰਡ ਦੀ ਜੋ ਉੱਤਰੀ ਫਿਰਨੀ ਹੈ ਉੱਥੇ ਜਾ ਕੇ ਮਿਲਦੀ ਹੈ। ਸੱਜੇ ਪਾਸੇ ਸਰਦਾਰ ਅਜੀਤ ਸਿੰਘ ਉਹਨਾਂ ਦਾ ਘਰ ਦਿਖਾਈ ਦੇ ਰਿਹਾ, ਅਤੇ ਖੱਬੇ ਪਾਸੇ ਸਰਦਾਰ ਜੋ ਬਚਿੱਤਰ ਸਿੰਘ ਹੁਣੀ ਆ ਉਹਨਾਂ ਦਾ ਘਰ ਦੋਸਤੋ ਉਹ ਦਿਖਾਈ ਦੇ ਰਿਹਾ ਜੀ। ਅਤੇ ਸਾਹਮਣੇ ਪਾਸੇ ਹੁਣ ਜੋ ਪਿੰਡ ਦੀ ਫਿਰਨੀ ਹੈ ਉਹ ਦਿਖਾਈ ਦੇ ਰਹੀ, ਅਤੇ ਸਾਹਮਣੇ ਉੱਥੋਂ ਅੱਗੇ ਵਾਲੇ ਪਾਸੇ ਗੱਲ ਕਰੀਏ ਤਾਂ ਪਿੰਡ ਜੋ ਹੈ ਉਹ ਦਿਖਾਈ ਦੇ ਰਿਹਾ ਜੀ। ਇੱਥੋਂ ਮੁੜਦੇ ਹਾਂ ਜੀ ਵਾਪਸ, ਅਤੇ ਵਾਪਸ ਜਾਂਦੇ ਹੋਏ ਆਪਾਂ ਫਿਰ ਤੋਂ ਪਹੁੰਚਦੇ ਹਾਂ ਆਪਣੇ ਜਿੱਥੋਂ ਕਿ ਆਪਾਂ ਸਫ਼ਰ ਦੀ ਸ਼ੁਰੂਆਤ ਕੀਤੀ ਸੀ ਭਾਵ ਕਿ ਛੱਪੜ ਵਾਲੀ ਗਲੀ ਤੋਂ ਸਾਹਮਣੇ ਵਾਲੇ ਪਾਸੇ ਨੂੰ ਜੀ। ਹੁਣ ਸਾਹਮਣੇ ਪਾਸੇ ਆਪਾਂ ਨੂੰ ਜੋ ਨਾ ਘਰ ਦਿਖਾਈ ਦੇ ਰਿਹਾ ਇਹ ਘਰ ਹੈ ਜੀ ਸਰਦਾਰ ਜੋਗਾ ਸਿੰਘ ਉਹਨਾਂ ਦੇ ਬੇਟਾ ਗੁਰਬਿੰਦਰ ਸਿੰਘ ਦਾ ਘਰ ਹੈ ਜੀ, ਅਤੇ ਇਸ ਦੇ ਨਾਲ ਹੀ ਜੋ ਅਗਲਾ ਘਰ ਹੈ ਇਹ ਵੀ ਉਹਨਾਂ ਦੇ ਜੋਗਾ ਸਿੰਘ ਉਹਨਾਂ ਦੇ ਸਪੁੱਤਰ ਦਾ ਘਰ ਹੈ ਜੀ। ਅਤੇ ਅੱਗੇ ਹਵੇਲੀ ਆ ਗਈ, ਅਤੇ ਖੱਬੇ ਪਾਸੇ ਘਰ ਆਪਾਂ ਨਜ਼ਰ ਆ ਰਿਹਾ ਸਰਦਾਰ ਬਲਦੇਵ ਸਿੰਘ ਉਹਨਾਂ ਦਾ ਅਤੇ ਉਹਨਾਂ ਦੀ ਹਵੇਲੀ। ਥੋੜ੍ਹਾ ਹੋਰ ਅਗਾਂਹ ਜਾਂਦੇ ਹਾਂ ਜੀ, ਅਤੇ ਹੁਣ ਸੱਜੇ ਪਾਸੇ ਜੋ ਘਰ ਦਿਖਾਈ ਦੇ ਰਿਹਾ ਇਹ ਹੈ ਜੀ ਘਰ ਸਰਦਾਰ ਇੰਦਰ ਸਿੰਘ ਉਹਨਾਂ ਦੇ ਪਰਿਵਾਰ ਦਾ, ਅਤੇ ਖੱਬੇ ਪਾਸੇ ਜੋ ਬਾਉਂਡਰੀ ਵਾਲ ਹੈ ਇਹ ਪੂਰੀ ਦੀ ਪੂਰੀ ਇੱਕ ਹਵੇਲੀ ਹੈ ਜੀ। ਇਹਨਾਂ ਹਵੇਲੀਆਂ ਨੂੰ ਤਾਂ ਘਰਾਂ ਨੂੰ ਕਰਦੇ ਹਾਂ ਜੀ ਕ੍ਰੋਸ, ਅਤੇ ਹੋਰ ਥੋੜ੍ਹਾ ਹੋਰ ਗਾਂਹ ਜਾਂਦੇ ਹਾਂ ਜੀ। ਹੁਣ ਖੱਬੇ ਪਾਸੇ ਜੋ ਘਰ ਦਾ ਗੇਟ ਦਿਖਾਈ ਦੇ ਰਿਹਾ ਜੀ ਇਹ ਹੈ ਸਰਦਾਰ ਹਰੀ ਸਿੰਘ ਉਹਨਾਂ ਦਾ, ਅਤੇ ਉਹਦੇ ਨਾਲ ਹੀ ਘਰ ਹੈ ਸਰਦਾਰ ਬਲਵਿੰਦਰ ਸਿੰਘ ਉਹਨਾਂ ਦਾ।
ਅਤੇ ਸੱਜੇ ਪਾਸੇ ਸਰਦਾਰ ਸਰਵਣ ਸਿੰਘ ਉਹਨਾਂ ਦੇ ਸਪੁੱਤਰ ਸਰਦਾਰ ਅਜੀਤ ਸਿੰਘ ਦਾ ਘਰ ਆ ਗਿਆ ਅਤੇ ਨਾਲ ਦੀ ਨਾਲ ਹੀ ਜੋ ਸਰਦਾਰ ਉਪਦੇਸ਼ ਸਿੰਘ ਉਹਨਾਂ ਦਾ ਘਰ ਜੋ ਆ ਗਿਆ ਉਹ ਆਪਾਂ ਦੇਖ ਸਕਦੇ ਹਾਂ ਜੀ। ਅਤੇ ਖੱਬੇ ਪਾਸੇ ਦਾ ਘਰ ਦੋਸਤੋ ਜੋ ਹੈ ਉਹ ਸਰਦਾਰ ਦਿਦਾਰ ਸਿੰਘ ਉਹਨਾਂ ਦੇ ਸਪੁੱਤਰ ਜਗਦੀਸ਼ ਸਿੰਘ ਉਹਨਾਂ ਦਾ ਜੀ। ਰਸਤਾ ਜਿਹਾ ਬਣਦਾ ਇੱਥੋਂ ਆਪਾਂ ਸੱਜੇ ਪਾਸੇ ਪਹਿਲਾਂ ਮੁੜਦੇ ਹਾਂ ਜੀ। ਇਹ ਦੋਸਤੋ ਗਲੀ ਸਿੱਧੀ ਅੱਗੇ ਜਾ ਕੇ ਨਾ ਬੰਦ ਹੋ ਜਾਂਦੀ ਹੈ ਅਤੇ ਸੱਜੇ ਪਾਸੇ ਹੁਣ ਘਰ ਉਪਦੇਸ਼ ਸਿੰਘ ਉਹਨਾਂ ਦਾ ਹੀ ਆ ਰਿਹਾ ਅਤੇ ਖੱਬੇ ਪਾਸੇ ਖਾਲੀ ਖੇਤ ਨੇ ਅਤੇ ਸਾਹਮਣੇ ਵਾਲੇ ਪਾਸੇ ਸ਼ਾਇਦ ਬਾਗਾਂ ਵਾਲਾ ਮਾਹੌਲ ਉਹ ਦਿਖਾਈ ਦੇ ਰਿਹਾ ਅਤੇ ਗਲੀ ਅੱਗੇ ਜਾ ਕੇ ਉਹਦੀ ਸਮਾਪਤੀ ਹੋ ਜਾਂਦੀ ਹੈ ਜੀ। ਅਤੇ ਇਸ ਪਾਸੇ ਨਾਲੀਆਂ ਜਾ ਰਹੀਆਂ ਦਾ ਮਤਲਬ ਇਸ ਪਾਸੇ ਕੋਈ ਨਾ ਕੋਈ ਛੱਪੜ ਜੋ ਹੈ ਉਹਦੀ ਹੋਣ ਦੀ ਸੰਭਾਵਨਾ ਮੈਨੂੰ ਲੱਗ ਰਹੀ ਹੈ ਜੀ। ਗਲੀ ਅੱਗੇ ਜਾ ਕੇ ਹੋ ਗਈ ਜੀ ਬੰਦ ਅਤੇ ਬਿਲਕੁਲ ਆਪਣਾ ਸ਼ੱਕ ਸਹੀ ਨਿਕਲਿਆ ਜੀ। ਸਾਹਮਣੇ ਪਾਸੇ ਇਹ ਮੀਟਰ ਦੇ ਬਕਸਿਆਂ ਤੋਂ ਅਗਲੇ ਪਾਸੇ ਇੱਥੇ ਜੀ ਸਾਡੇ ਪਿੰਡ ਦਾ ਜੋ ਛੱਪੜ ਹੈ ਉਹ ਦਿਖਾਈ ਦੇ ਰਿਹਾ ਜੀ। ਭਾਵ ਕਿ ਇਸ ਇਲਾਕੇ ਦਾ ਜੋ ਡਰੇਨ ਸਿਸਟਮ ਹੈ ਜੋ ਪਾਣੀ ਦਾ ਨਿਕਾਸ ਹੈ ਇਹ ਛੱਪੜ ਵਿੱਚ ਹੁੰਦਾ ਜੋ ਕਿ ਪਿੰਡ ਦੀ ਉੱਤਰੀ ਬਾਹੀ ਵਾਲੇ ਪਾਸੇ ਆ ਜੀ ਅਤੇ ਬਾਗਾਂ ਦੇ ਬਿਲਕੁਲ ਨਜ਼ਦੀਕ ਪੈਂਦਾ ਜੀ। ਚਲੋ ਜੀ ਇੱਧਰ ਢੇਰ ਵੀ ਬਣੇ ਹੋਏ ਨੇ ਅਤੇ ਚਲੋ ਆਪਾਂ ਇੱਥੋਂ ਮੁੜਦੇ ਫਿਰ ਤੋਂ ਵਾਪਸ ਅਗਾਂਹ ਜਾਂਦੇ ਹਾਂ ਜੀ। ਅਗਾਂਹ ਜਾਂਦੇ ਜਾਂਦੇ ਹੁਣ ਆਪਾਂ ਫਿਰ ਤੋਂ ਆਪਣੀ ਉਸੇ ਗਲੀ ਨੂੰ ਮਤਲਬ ਕਹਿ ਲਓ ਵੀ ਕਵਰ ਕਰਦੇ ਕਰਦੇ ਅੱਗੇ ਜਾਵਾਂਗੇ। ਸਾਹਮਣੇ ਵਾਲੇ ਪਾਸੇ ਖੱਬੇ ਪਾਸੇ ਇੱਕ ਬਹੁਤ ਪੁਰਾਣੀ ਹਵੇਲੀ ਦਿਖਾਈ ਦੇ ਰਹੀ ਜੀ। ਇਹ ਹਵੇਲੀ ਹੈ ਜਾਂ ਘਰ ਹੈ ਇਹਦੇ ਬਾਰੇ ਆਪਾਂ ਕੁਛ ਪੁਖਤਾ ਨਹੀਂ ਕਹਿ ਸਕਦੇ, ਲੇਕਿਨ ਇਹਦੀ ਜੋ ਹਾਲਾਤ ਨੇ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਜਿਵੇਂ ਬਹੁਤ ਸਮੇਂ ਤੋਂ ਮਤਲਬ ਇਹ ਬੰਦ ਪਈ ਹੋਵੇ, ਇਹਦੀ ਵਰਤੋਂ ਨਾ ਕੀਤੀ ਗਈ ਹੋਵੇ, ਇਸ ਤਰ੍ਹਾਂ ਦਾ ਮਾਹੌਲ ਦੋਸਤੋ ਲੱਗ ਰਿਹਾ ਜੀ। ਚਲੋ ਜੀ ਹੋਰ ਅਗਾਂਹ ਵੱਧਦੇ ਹਾਂ ਜੀ। ਅਗਾਂਹ ਵੱਧਦੇ ਹਾਂ ਤਾਂ ਆਪਾਂ ਨੂੰ ਫਿਰ ਤੋਂ ਖੱਬੇ ਪਾਸੇ ਘਰ ਦਿਖਾਈ ਦਿੰਦੇ ਨੇ, ਸੱਜੇ ਪਾਸੇ ਵੀ ਕੁਝ ਘਰ ਦਿਖਾਈ ਦਿੰਦੇ ਨੇ। ਪਹਿਲਾਂ ਆਪਾਂ ਸਾਹਮਣੇ ਵਾਲੇ ਪਾਸੇ ਜਾਂਦੇ ਹਾਂ ਅਤੇ ਜੋ ਰਕਬਾ ਮਤਲਬ ਇਸ ਚੌਂਕ ਤੋਂ ਉੱਪਰਲੇ ਵਾਲੇ ਪਾਸੇ ਪੈਂਦਾ, ਭਾਵ ਕਿ ਪਿੰਡ ਦੀ ਆਬਾਦੀ ਵਾਲੇ ਪਾਸੇ ਪੈਂਦਾ, ਉਹ ਕਵਰ ਕਰਦੇ ਹਾਂ ਜੀ। ਸੱਜੇ ਪਾਸੇ ਹਵੇਲੀ ਆ ਗਈ ਅਤੇ ਖੱਬੇ ਪਾਸੇ ਸਰਦਾਰ ਜਗਜੀਤ ਸਿੰਘ ਉਹਨਾਂ ਦਾ ਘਰ ਹੈ ਜੀ। ਥੋੜ੍ਹਾ ਹੋਰ ਅਗਾਂਹ ਜਾਂਦੇ ਹਾਂ ਅਤੇ ਸੱਜੇ ਪਾਸੇ ਇੱਕ ਗੇਟ ਲੱਗਾ ਜੀ, ਹਵੇਲੀ ਹੈ ਅਤੇ ਖੱਬੇ ਪਾਸੇ ਸਰਦਾਰ ਬਖਸ਼ੀਸ਼ ਸਿੰਘ ਉਹਨਾਂ ਦਾ ਜਾਂ ਉਹਨਾਂ ਦੇ ਸਪੁੱਤਰ ਸਰਦਾਰ ਅਮਰਜੀਤ ਸਿੰਘ ਉਹਨਾਂ ਦਾ ਘਰ ਹੈ। ਸੱਜੇ ਪਾਸੇ ਗੇਟ ਉਹ ਸਰਦਾਰ ਕੁਲਵੰਤ ਸਿੰਘ ਉਹਨਾਂ ਦਾ ਘਰ ਹੈ ਜੀ। ਹੁਣ ਸੱਜੇ ਪਾਸੇ ਜੋ ਘਰ ਦਿਖਾਈ ਆਪਾਂ ਨੂੰ ਦਿਖਾਈ ਦੇ ਰਿਹਾ ਜੀ ਉਹ ਸਰਦਾਰ ਤਰਲੋਕ ਸਿੰਘ ਉਹਨਾਂ ਦਾ ਘਰ ਹੈ ਅਤੇ ਖੱਬੇ ਪਾਸੇ ਜੀ ਸਰਦਾਰ ਤਰਲੋਕ ਸਿੰਘ ਉਹਨਾਂ ਦਾ ਘਰ ਹੈ ਜੀ। ਅਤੇ ਸਾਹਮਣੇ ਪਾਸੇ ਆ ਕੇ ਸਾਡੇ ਪਿੰਡ ਦੀ ਫਿਰਨੀ ਅਤੇ ਉਹ ਸਾਹਮਣੇ ਪਾਸੇ ਦੀਦਾਰ ਹੋ ਰਹੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੇ ਜੀ। ਚਲੋ ਜੀ ਇੱਥੋਂ ਆਪਾਂ ਫਿਰ ਤੋਂ ਕਰਦੇ ਹਾਂ ਵਾਪਸੀ, ਉਸੇ ਗਲੀ 'ਚ ਫਿਰ ਵਾਪਸ ਮੁੜਦੇ ਹਾਂ ਜੀ। ਸੱਜੇ ਖੱਬੇ ਪਾਸੇ ਸਰਦਾਰ ਤਰਲੋਕ ਸਿੰਘ ਉਹਨਾਂ ਦੇ ਘਰ ਆ ਗਏ ਫਿਰ ਜੀ। ਅਤੇ ਫਿਰ ਤੋਂ ਆਪਾਂ ਹੁਣ ਜੇ ਸੱਜੇ ਪਾਸੇ ਗੱਲ ਕਰੀਏ ਸਰਦਾਰ ਬਖਸ਼ੀਸ਼ ਸਿੰਘ ਜਾਂ ਉਹਨਾਂ ਦੇ ਸਪੁੱਤਰ ਪ੍ਰੋਫੈਸਰ ਅਮਰਜੀਤ ਸਿੰਘ ਦਾ ਘਰ ਹੈ ਜੀ। ਅਤੇ ਖੱਬੇ ਪਾਸੇ ਗਲੀ 'ਚ ਸਰਦਾਰ ਕੁਲਵੰਤ ਸਿੰਘ ਦਾ ਘਰ ਹੈ, ਅੱਗੇ ਆਪਾਂ ਨੂੰ ਹਵੇਲੀ ਉਹ ਦਿਖਾਈ ਦੇ ਰਹੀ ਆ ਜੀ। ਅਤੇ ਹੁਣ ਸੱਜੇ ਪਾਸੇ ਜੋ ਘਰ ਹੈ ਉਹ ਸਰਦਾਰ ਜਗਦੀਪ ਸਿੰਘ ਦਾ ਘਰ ਆਪਾਂ ਨੂੰ ਦਿਖਾਈ ਦੇ ਰਿਹਾ। ਹੁਣ ਸਾਹਮਣੇ ਪਾਸੇ ਪਾਸੇ ਫਿਰ ਚੌਂਕ ਬਣਦਾ ਜੀ, ਇੱਥੋਂ ਆਪਾਂ ਮੁੜਦੇ ਹਾਂ ਹੁਣ ਖੱਬੇ ਪਾਸੇ। ਸਾਹਮਣੇ ਹਵੇਲੀ ਹੈ ਜੀ ਅਤੇ ਖੱਬੇ ਪਾਸੇ ਵੀ ਹਵੇਲੀ ਹੈ ਅਤੇ ਹੁਣ ਸੱਜੇ ਪਾਸੇ ਸਰਦਾਰ ਦੀਦਾਰ ਸਿੰਘ ਦੇ ਸਪੁੱਤਰ ਸਰਦਾਰ ਅਮਰੀਕ ਸਿੰਘ ਉਹਨਾਂ ਦਾ ਘਰ ਹੈ ਜੀ। ਅਤੇ ਖੱਬੇ ਪਾਸੇ ਸਰਦਾਰ ਪੂਰਨ ਸਿੰਘ ਉਹਨਾਂ ਦੇ ਸਪੁੱਤਰ ਸਰਦਾਰ ਬਲਦੇਵ ਸਿੰਘ ਉਹਨਾਂ ਦਾ ਘਰ ਹੈ ਜੀ। ਅਤੇ ਸੱਜੇ ਪਾਸੇ ਵੀ ਘਰ ਦਿਖਾਈ ਦੇ ਰਿਹਾ, ਉਹ ਸਰਦਾਰ ਗੁਰਦਿਆਲ ਸਿੰਘ ਦਾ ਘਰ ਹੈ ਅਤੇ ਨਾਲ ਹੀ ਸਰਦਾਰ ਅਜਮੇਰ ਸਿੰਘ ਦਾ ਘਰ ਹੈ। ਇਸ ਤੋਂ ਅਗਾਂਹ ਜਾਂਦੇ ਹਾਂ ਅਤੇ ਹਵੇਲੀ ਕ੍ਰੋਸ ਕੀਤੀ ਹੈ ਅਤੇ ਖੱਬੇ ਪਾਸੇ ਖਾਲੀ ਖੇਤ ਖਲਿਆਣ ਨੇ, ਸੱਜੇ ਪਾਸੇ ਇੱਕ ਹੋਰ ਆਪਾਂ ਨੂੰ ਘਰ ਦਿਖਾਈ ਦੇ ਰਿਹਾ ਜੀ। ਇਹ ਘਰ ਹੈ ਸਰਦਾਰ ਹਰਜਿੰਦਰ ਸਿੰਘ ਉਹਨਾਂ ਦਾ। ਅਤੇ ਸਾਹਮਣੇ ਪਾਸੇ ਘਰ ਹੈ ਸਰਦਾਰ ਸਨਾਮ ਸਿੰਘ ਉਹਨਾਂ ਦਾ। ਆਪਾਂ ਇੱਥੋਂ ਸੱਜੇ ਪਾਸੇ ਮੁੜਦੇ ਹਾਂ ਅੱਡਾ ਚਲਾਂਗ ਵਾਲੇ ਪਾਸੇ ਨੂੰ। ਹੁਣ ਸੱਜੇ ਪਾਸੇ ਆਪਾਂ ਨੂੰ ਘਰ ਦਿਖਾਈ ਦੇ ਰਿਹਾ ਜੀ ਸਰਦਾਰ ਰੇਸ਼ਮ ਸਿੰਘ ਦਾ, ਅਤੇ ਉਸ ਤੋਂ ਅਗਾਂਹ ਜੀ ਸਾਡੇ ਜੋ ਪਿੰਡ ਦੇ ਬਾਗ ਨੇ ਸਰਦਾਰ ਗੁਰਦੇਵ ਸਿੰਘ ਨਿੱਜਰ ਉਹਨਾਂ ਦੀ ਹਵੇਲੀ ਉਹ ਦਿਖਾਈ ਦੇ ਰਹੀ ਹੈ ਜੀ।
ਹੁਣ ਆਪਾਂ ਦੇਖਦੇ ਹਾਂ ਜੀ ਪਿੰਡ ਦੀ ਉੱਤਰੀ ਬਾਹੀ ਵਾਲੇ ਪਾਸੇ ਜੋ ਬਾਰ ਬਾਰ ਵਾਦੀਆਂ ਬਣੀਆਂ ਨੇ, ਅਤੇ ਖੱਬੇ ਪਾਸੇ ਘਰ ਹੈ ਜੀ ਸ਼੍ਰੀ ਆਤਮਾ ਰਾਮ ਜੀ ਦਾ। ਇਹਦੇ ਨਾਲ ਜੋ ਗਲੀ ਜਾਂਦੀ ਆ ਜੀ ਸਾਹਮਣੇ ਪਾਸੇ ਜਾਂਦੇ, ਅਤੇ ਖੱਬੇ ਪਾਸੇ ਹੁਣ ਆਪਾਂ ਨੂੰ ਜੋ ਘਰ ਦਿਖਾਈ ਦੇ ਰਿਹਾ ਇਹ ਹੈ ਜੀ ਸਰਦਾਰ ਦਰਸ਼ਨ ਸਿੰਘ ਹੋਣਾ ਦਾ, ਅਤੇ ਅਗਾਂਹ ਸਾਹਮਣੇ ਸੱਜੇ ਪਾਸੇ ਘਰ ਹੈ ਜੀ ਸਰਦਾਰ ਹਰਬੰਸ ਸਿੰਘ ਹੋਣਾ ਦੇ ਪਰਿਵਾਰ ਦਾ, ਅਤੇ ਖੱਬੇ ਪਾਸੇ ਵੀ ਸਰਦਾਰ ਹਰਬੰਸ ਸਿੰਘ ਹੋਣਾ ਦੇ ਪਰਿਵਾਰ ਦਾ ਹੀ ਘਰ ਹੈ ਜੀ। ਥੋੜ੍ਹਾ ਹੋਰ ਅਗਾਂਹ ਜਾਂਦੇ ਆ ਜੀ ਅਤੇ ਸੱਜੇ ਪਾਸੇ ਜੋ ਬਾਉਂਡਰੀ ਵੱਲ ਦਿਸ ਰਹੀ ਹੈ ਸਰਦਾਰ ਸੁਰਿੰਦਰ ਸਿੰਘ ਦੀ, ਅਤੇ ਸਾਹਮਣੇ ਵਾਲੇ ਪਾਸੇ ਹਵੇਲੀਆਂ ਨੇ, ਅਤੇ ਅਗਲੇ ਪਾਸੇ ਵੀ ਹਵੇਲੀ ਆ ਗਈ, ਅਤੇ ਹੁਣ ਸੱਜੇ ਪਾਸੇ ਜੋ ਘਰ ਉਹ ਹੈ ਸਰਦਾਰ ਬਲਵਿੰਦਰ ਸਿੰਘ ਹੋਣਾ ਦਾ ਜੀ। ਖੱਬੇ ਪਾਸੇ ਹਵੇਲੀ ਆ ਜੀ ਸਰਦਾਰ ਕਹਿ ਲਓ ਗੁਰਨਾਮ ਸਿੰਘ ਹੋਣਾ ਦਾ ਘਰ ਹੈ, ਅਤੇ ਉਹ ਤੋਂ ਅੱਗੇ ਜਾ ਕੇ ਸਰ ਸ਼੍ਰੀ ਹਰੀ ਨਰਾਇਣ ਹੋਣਾ ਦਾ ਘਰ ਹੈ ਜੀ। ਅਤੇ ਸਾਹਮਣੇ ਵਾਲੇ ਪਾਸੇ ਦੋਸਤੋ ਆ ਗਈ ਜੀ ਹਵੇਲੀ। ਖੱਬੇ ਪਾਸੇ ਕਹਿੰਦਾ ਛੋਟੀ ਜਿਹੀ ਗਲੀ ਜਾਂਦੀ ਆ ਜੀ ਆਪਾਂ ਨੂੰ ਚੈੱਕ ਕਰਕੇ ਆਉਂਦੇ ਹਾਂ। ਲਓ ਜੀ ਇਸ ਗਲੀ ਦੇ ਵਿੱਚ ਅੱਗੇ ਜਾ ਕੇ ਮੈਨੂੰ ਲੱਗਦਾ ਵੀ ਛੱਪੜ ਹੋਊਗਾ, ਕਿਉਂਕਿ ਇਸ ਪਾਸੇ ਡਰੇਨੇਜ ਸਿਸਟਮ ਇੱਧਰ ਸਾਰਾ ਜਾ ਰਿਹਾ। ਬਿਲਕੁਲ ਸਹੀ ਜੀ, ਸਾਹਮਣੇ ਵਾਲੇ ਪਾਸੇ ਹੁਣ ਜੋ ਛੱਪੜ ਹੈ ਉਹ ਦਿਖਾਈ ਦੇ ਰਿਹਾ ਜੀ। ਇਹ ਛੱਪੜ ਵੀ ਸਾਡੇ ਪਿੰਡ ਦੀ ਉੱਤਰੀ ਬਾਹੀ ਵਾਲੇ ਪਾਸੇ ਇਹਨਾਂ ਆਬਾਦੀਆਂ ਤੋਂ ਅਗਾਂਹ ਦੋਸਤੋ ਉਹ ਪੈਂਦਾ ਜੀ। ਇਹ ਮਾਹੌਲ ਆ ਜੀ, ਅਤੇ ਚਲੋ ਹੁਣ ਚੱਲਦੇ ਵਾਪਸ ਅਤੇ ਪਹੁੰਚਦੇ ਹਾਂ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸਭਾ ਦੇ ਬਿਲਕੁਲ ਨਜ਼ਦੀਕ। ਹੁਣ ਸਾਹਮਣੇ ਵਾਲੇ ਪਾਸੇ ਜੀ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸਭਾ, ਅਤੇ ਇਹਦੇ ਬਿਲਕੁਲ ਖੱਬੇ ਵਾਲੇ ਪਾਸੇ ਇੱਕ ਬਹੁਤ ਪੁਰਾਣੀ ਦੋਸਤ ਹਵੇਲੀ ਉਹ ਪੈਂਦੀ ਹੈ ਜੀ। ਵੀਰਾਨ ਹਵੇਲੀ ਦੇ ਬਿਲਕੁਲ ਸਾਹਮਣੇ ਇੱਕ ਬਹੁਤ ਸਮੇਂ ਤੋਂ ਬੰਦ ਪਿਆ ਨਲਕਾ, ਅਤੇ ਇਹ ਦੋਸਤੋ ਦ੍ਰਿਸ਼ ਪੇਸ਼ ਹੋ ਰਿਹਾ ਜੀ। ਨਲਕੇ ਅੱਜ ਕੱਲ੍ਹ ਨਹੀਂ ਚੱਲਦੇ, ਇਵੇਂ ਹੀ ਜੋ ਹਵੇਲੀ ਹੈ ਇਹ ਵੀ ਅੱਜ ਕੱਲ੍ਹ ਬਿਲਕੁਲ ਬੰਦ ਪਈ ਹੈ ਜੀ। ਚਲੋ ਜੀ ਹੋਰ ਅਗਾਂਹ ਵੱਧਦੇ ਹਾਂ ਜੀ। ਹੁਣ ਸੱਜੇ ਪਾਸੇ ਗੁਰਦੁਆਰਾ ਸਾਹਿਬਾਨ ਦੀ ਇਮਾਰਤ ਆ, ਅਤੇ ਖੱਬੇ ਪਾਸੇ ਹਵੇਲੀ ਕ੍ਰੋਸ ਕੀਤੀ, ਅਤੇ ਖੱਬੇ ਪਾਸੇ ਕੁਝ ਜੋ ਖੇਤ ਨੇ ਆਪਾਂ ਨੂੰ ਉਹ ਦਿਖਾਈ ਦੇ ਰਹੇ ਨੇ ਜੀ। ਇਸ ਪਾਸੇ ਵਿਰਲੀ ਵਿਰਲੀ ਜੀ ਬੱਸੋਂ ਮੈਨੂੰ ਦਿਖਾਈ ਦੇ ਰਹੀ ਹੈ ਜੀ। ਇੱਥੇ ਸੱਜੇ ਪਾਸੇ ਘਰ ਨੂੰ ਰਾਹ ਗਿਆ ਸ਼ਾਇਦ ਬੰਦ ਕੀਤਾ ਹੋਇਆ ਹੈ, ਗਲੀ ਪੱਕੀ ਆ ਜੀ। ਅਤੇ ਖੱਬੇ ਪਾਸੇ ਆਪਾਂ ਮੁੜੇ ਅਤੇ ਨਾਲ ਹੀ ਬਿਲਕੁਲ ਸੱਜੇ ਪਾਸੇ ਇੱਕ ਛੋਟੀ ਜਿਹੀ ਗਲੀ ਜਾ ਰਹੀ ਜੀ। ਦੇਖੋ ਛੋਟੀ ਜਿਹੀ ਗਲੀ ਹੈ, ਪੱਕੀ ਹੈ, ਅਤੇ ਨਾਲ ਨਾਲੀ ਵੀ ਬਣੀ ਹੋਈ ਹੈ। ਸੱਜੇ ਪਾਸੇ ਦੇ ਮਤਲਬ ਕੁਝ ਖੇਤ ਕਹਿ ਸਕਦੇ ਹਾਂ ਜਾਂ ਕਿਆਰੀਆਂ ਕਹਿ ਸਕਦੇ ਹਾਂ, ਅਤੇ ਖੱਬੇ ਪਾਸੇ ਹਵੇਲੀਆਂ ਉਹ ਬਣੀਆਂ ਹੋਈਆਂ ਨੇ ਜੀ। ਥੋੜ੍ਹਾ ਹੋਰ ਗਾਂ ਜਾਂਦੇ ਹਾਂ ਜੀ, ਅਤੇ ਅੱਗੇ ਜਾ ਕੇ ਆਪਾਂ ਨੂੰ ਸ਼ਾਇਦ ਇੱਕ ਦਾ ਹੀ ਘਰ ਦਿਖਾਈ ਦੇ ਰਿਹਾ ਜੀ। ਇੱਕੋ ਘਰ ਆ ਜੀ, ਇਹ ਘਰ ਹੈ ਜੀ ਸਰਦਾਰ ਸ਼ਿੰਗਾਰਾ ਸਿੰਘ ਉਹਨਾਂ ਦੇ ਪਰਿਵਾਰ ਦਾ ਜੀ, ਅਤੇ ਸਾਹਮਣੇ ਪਾਸੇ ਹਵੇਲੀ ਹੈ ਜੀ। ਇੱਥੋਂ ਘਰ ਦੇ ਫਿਰ ਤੋਂ ਵਾਪਸੀ, ਇੱਧਰੋਂ ਦੇਖੋ ਹੁਣ ਸਾਹਮਣੇ ਪਾਸੇ ਨਾ ਕੁਝ ਇੱਕ ਆਬਾਦੀਆਂ ਦਿਖਾਈ ਦੇ ਰਹੀਆਂ, ਪਰ ਆਪਾਂ ਉਹ ਆਬਾਦੀਆਂ ਸਾਰੀਆਂ ਪਹਿਲਾਂ ਕਵਰ ਕਰ ਚੁੱਕੇ ਹਾਂ ਜੀ। ਫਿਰ ਤੋਂ ਜਾਂਦੇ ਹਾਂ ਜੀ ਉਸੇ ਗਲੀ ਦੇ ਨਾਲ ਨਾਲ ਵਾਪਸ ਜਾਂਦੇ ਹਾਂ। ਉਹ ਨੀਲੇ ਰੰਗ ਦਾ ਘਰ ਵੀ ਸਰਦਾਰ ਹਰਬੰਸ ਸਿੰਘ ਉਹਨਾਂ ਦੇ ਸਪੁੱਤਰ ਦਾ ਹੀ ਸੀ, ਉਹ ਆਪਾਂ ਨੂੰ ਗਲੀ 'ਚ ਉਦੋਂ ਦਿਖਾਈ ਨਹੀਂ ਸੀ ਦਿੱਤਾ, ਇਸ ਪਾਸੋਂ ਦਿਖਾਈ ਦੇ ਰਿਹਾ ਸੀ। ਫਿਰ ਤੋਂ ਅਸੀਂ ਪਹੁੰਚ ਗਏ ਜੀ ਉਸੇ ਗਲੀ ਦੇ ਵਿੱਚ, ਇੱਥੋਂ ਆਪਾਂ ਮੁੜਦੇ ਹਾਂ ਸੱਜੇ ਪਾਸੇ, ਅਤੇ ਸੱਜੇ ਪਾਸੇ ਮੁੜਦੇ ਸਾਰ ਹੀ ਖੱਬੇ ਪਾਸੇ ਖੇਤ ਨੇ, ਅਤੇ ਸਾਹਮਣੇ ਵਾਲੇ ਪਾਸੇ ਸੱਜੇ ਪਾਸੇ ਇੱਕ ਹੋਰ ਗਲੀ ਜਾਂਦੀ ਹੈ ਜੀ। ਇਸ ਗਲੀ ਵਿੱਚ ਸਾਹਮਣੇ ਵਾਲੇ ਪਾਸੇ ਦੋਸਤੋ ਜੋ ਘਰ ਦਿਖਾਈ ਦੇ ਰਹੇ ਹੈ ਜੀ ਸਰਦਾਰ ਅਮਰਜੀਤ ਸਿੰਘ ਉਹਨਾਂ ਦਾ, ਅਤੇ ਇਕੱਲਾ ਹੀ ਘਰ ਹੈ ਜੀ, ਅਤੇ ਇਹਦੇ ਘਰ ਦੇ ਸਾਹਮਣੇ ਪਾਸੇ ਪਲਾਟ ਖਾਲੀ ਪਿਆ। ਅਤੇ ਚਲੋ ਹੋਰ ਗਾਂਹ ਵੱਧਦੇ ਹਾਂ ਜੀ, ਇਸੇ ਗਲੀ ਦੇ ਉੱਪਰ ਜਾਂਦੇ ਹਾਂ। ਇੱਥੇ ਜਾ ਕੇ ਆਪਾਂ ਨੂੰ ਲੱਗਦਾ ਫਿਰ ਤੋਂ ਸੱਜੇ ਪਾਸੇ ਇੱਕ ਰਸਤਾ ਜਾਂਦਾ ਜੀ। ਬਿਲਕੁਲ ਸਹੀ ਹੈ ਜੀ, ਸੱਜੇ ਪਾਸੇ ਵੀ ਗਲੀ ਜਾਂਦੀ ਹੈ ਜੀ, ਅਤੇ ਇਸ ਗਲੀ ਦੇ ਖੱਬੇ ਪਾਸੇ ਸਾਡੇ ਪਿੰਡ ਦੇ ਨਾਸ਼ਪਾਤੀ ਦੇ ਬਾਗ ਨੇ। ਚਲੋ ਇਸ ਪਾਸੇ ਕੋਈ ਜ਼ਿਆਦਾ ਆਬਾਦੀ ਹੈ ਨਹੀਂ, ਹਵੇਲੀਆਂ ਟਾਈਪ ਮਾਹੌਲ ਆ ਇੱਥੇ, ਅਤੇ ਸਰਾੜੀ ਪਾਥੀਆਂ ਦੀ ਸਰਾੜੀ ਬਣੀ ਹੋਈ ਹੈ ਜੀ। ਚਲੋ ਇਹ ਵੀ ਮਾਹੌਲ ਦੇਖ ਲਿਆ,
ਇੱਧਰ ਕੱਚਾ ਰਸਤਾ ਜਾਂਦਾ ਜੀ ਹਵੇਲੀਆਂ ਦੇ ਪਿਛਲੇ ਪਾਸੇ ਦੀ, ਥੋੜ੍ਹਾ ਹੋਰ ਗਾਂਹ ਜਾ ਕੇ ਦੇਖਦੇ ਹਾਂ ਕੀ ਬਣਿਆ ਹੋਇਆ। ਇਸ ਪਾਸੇ ਪਾਸੇ ਹਵੇਲੀਆਂ ਹੀ ਨੇ, ਇੱਥੇ ਲੱਗਦਾ ਰਹਿਸ਼ ਕਿਸੇ ਦੀ ਹੈ ਨਹੀਂ, ਹੈ ਨਾ। ਚਲੋ ਮੁੜਦੇ ਹਾਂ ਜੀ ਵਾਪਸ, ਅਤੇ ਖੱਬੇ ਪਾਸੇ ਹਵੇਲੀ, ਸੱਜੇ ਪਾਸੇ ਉਹ ਸਰਾੜੀ ਉਹ ਬਣੀ ਹੋਈ ਹੈ, ਸਾਹਮਣੇ ਪਾਸੇ ਬਾਗ ਨੇ। ਸੱਜੇ ਪਾਸੇ ਮੁੜ ਕੇ ਥੋੜ੍ਹਾ ਹੋਰ ਗਾਂਹ ਜਾਂਦੇ ਹਾਂ ਜੀ, ਅਤੇ ਇੱਧਰ ਵੀ ਸ਼ਾਇਦ ਪੱਥਣਾ ਨੇ ਜਾਂ ਇੱਕ ਕਿਸੇ ਦੀ ਮਤਲਬ ਪਲਾਟ ਹੈ, ਬਾਉਂਡਰੀ ਕੁਆਲ ਬਣਾਈ ਹੋਈ ਹੈ, ਅਤੇ ਅੱਗੇ ਜਾ ਕੇ ਇੱਕ ਹੋਰ ਆਪਾਂ ਨੂੰ ਹਵੇਲੀ ਉਹ ਦਿਖਾਈ ਦਿੰਦੀ ਜੀ। ਉਸ ਤੋਂ ਅੱਗੇ ਜਾ ਕੇ ਗਲੀ ਦੀ ਸਮਾਪਤੀ ਹੋ ਜਾਂਦੀ ਹੈ ਜੀ, ਅਤੇ ਪਿਛਲੇ ਪਾਸੇ ਹਨ ਜੀ ਢੇਰ, ਭਾਵ ਕਿ ਕੂੜਾ ਕਰਕਟ ਸੁੱਟਣ ਦੀ ਜਗ੍ਹਾ। ਇਸ ਪਾਸੇ ਬਾਗ ਆ ਜੀ, ਅਤੇ ਕਰੀਏ ਵਾਪਸੀ ਹੁਣ। ਲਓ ਜੀ ਹੁਣ ਆਪਾਂ ਫਿਰ ਤੋਂ ਉਸੇ ਗਲੀ 'ਤੇ ਪਹੁੰਚ ਗਏ ਹਾਂ, ਅਤੇ ਇੱਥੋਂ ਆਪਾਂ ਹੁਣ ਸੱਜੇ ਪਾਸੇ ਮੁੜਦੇ ਹਾਂ ਜੀ। ਇਸ ਪਾਸੇ ਵੀ ਨਿਕਾਸ ਦਾ ਪ੍ਰਬੰਧ ਕੀਤਾ ਲੱਗਦਾ, ਕਿਉਂਕਿ ਨਾਲੀ ਇਸ ਪਾਸੇ ਆ ਰਹੀ ਹੈ, ਲੇਕਿਨ ਇੱਥੇ ਗਾ ਕੇ ਇਹ ਜੋ ਨਾਲੀਆਂ ਦਾ ਜੋ ਪਾਣੀ ਆ ਰਿਹਾ ਇਹ ਮਤਲਬ ਕਿਸੇ ਛੱਪੜ ਵਗੈਰਾ 'ਚ ਨਹੀਂ ਪੈ ਰਿਹਾ। ਦੇਖੋ ਨਾ ਪਿਛਲੇ ਪਾਸੇ ਤੋਂ ਪਾਣੀ ਆ ਰਿਹਾ, ਇੱਥੇ ਪਾਣੀ ਇਕੱਠਾ ਹੋ ਰਿਹਾ, ਜਾਂ ਫਿਰ ਪਾਣੀ ਇੱਥੇ ਬਾਗ 'ਚ ਪੈ ਰਿਹਾ ਹੋਊਗਾ। ਚਲੋ ਇੱਥੋਂ ਆਪਾਂ ਫਿਰ ਖੱਬੇ, ਥੋੜ੍ਹਾ ਜਿਹਾ ਖੱਬੇ ਮੁੜਦੇ ਹਾਂ, ਅਤੇ ਨਾਲ ਹੀ ਫਿਰ ਸੱਜੇ ਮੁੜਦੇ ਹਾਂ ਜੀ। ਅਤੇ ਸੱਜੇ ਪਾਸੇ ਬਾਗ ਨੇ, ਅਤੇ ਹੁਣ ਸਾਹਮਣੇ ਵਾਲੇ ਪਾਸੇ ਆਪਾਂ ਨੂੰ ਜੋ ਖੱਬੇ ਪਾਸੇ ਨਾ ਇਮਾਰਤ ਦਿਖਾਈ ਦੇ ਰਹੀ ਹੈ, ਉਹ ਸਾਡੇ ਪਿੰਡ ਦੀਆਂ ਕੁਝ ਦੁਕਾਨਾਂ ਨੇ ਜੋ ਨੈਸ਼ਨਲ ਹਾਈਵੇ 'ਤੇ ਬਣੀਆਂ ਨੇ, ਅਤੇ ਉਹਦੇ ਨਾਲ ਹੀ ਸਾਡੇ ਪਿੰਡ ਦਾ ਸ਼ਮਸ਼ਾਨ ਘਾਟ ਜੋ ਹੈ ਦੋਸਤੋ ਉਹ ਦਿਖਾਈ ਦੇ ਰਿਹਾ ਜੀ। ਬਾਕੀ ਰਕਬਾ ਸਾਰਾ ਖਾਲੀ ਹੈ ਜੀ, ਅਤੇ ਇਹ ਜੀ ਗੇਟ ਸ਼ਮਸ਼ਾਨ ਘਾਟ ਦਾ ਜੀ, ਅਤੇ ਇਹ ਦੇਖ ਲਓ ਮਾਹੌਲ ਇੱਥੇ ਦਾ। ਹੁਣ ਆ ਸਾਹਮਣੇ ਵਾਲੇ ਪਾਸੇ ਨਾ ਨਵੀਂ ਕਹਿ ਲਓ ਵੀ ਗਲੀ ਬਣੀ ਕਹਿ ਸਕਦੇ ਹਾਂ ਜਾਂ ਕੱਚਾ ਰਸਤਾ, ਇੱਥੋਂ ਮਤਲਬ ਨੈਸ਼ਨਲ ਹਾਈਵੇ ਤੱਕ ਜੋ ਕਨੈਕਟਿਵਿਟੀ ਉਹ ਬਣਾਈ ਗਈ ਹੈ ਜੀ। ਕੱਚਾ ਰਸਤੇ ਬਣਾ ਕੇ ਮਿੱਟੀ ਮੁੱਟੀ ਪਾ ਕੇ ਨੈਸ਼ਨਲ ਹਾਈਵੇ ਤੱਕ ਜੋ ਪਹੁੰਚ ਹੈ ਉਹ ਕੀਤੀ ਗਈ ਜੀ। ਆ ਸਾਹਮਣੇ ਪਾਸੇ ਗੱਡੀਆਂ ਮੋਟਰਾਂ ਹੁਣ ਜਾ ਰਹੀਆਂ ਦਿਸ ਰਹੀਆਂ ਨੇ ਆਪਾਂ ਨੂੰ, ਅਤੇ ਲਓ ਜੀ ਪਹੁੰਚ ਗਿਆ ਆਪਾਂ ਹੁਣ ਨੈਸ਼ਨਲ ਹਾਈਵੇ 44 ਦੇ ਉੱਪਰ। ਅਤੇ ਗੱਲ ਕਰੀਏ ਸੱਜੇ ਪਾਸੇ ਇੱਧਰ ਪਠਾਨਕੋਟ ਹੈ, ਅਤੇ ਇਸ ਖੱਬੇ ਪਾਸੇ ਹੈ ਜੀ ਜਲੰਧਰ, ਜਲੰਧਰ ਆਪਾਂ। ਚਲੋ ਜੀ ਹੁਣ ਆਪਾਂ ਦੇਖਦੇ ਹਾਂ ਜੀ ਸਾਡੇ ਪਿੰਡ ਦਾ ਖਰਲ ਕਲਾਂ ਵਾਲੇ ਚੌਂਕ ਤੋਂ ਬਾਹਰਲੇ ਵਾਲੇ ਪਾਸੇ ਜੋ ਆਬਾਦੀਆਂ ਪੈਂਦੀਆਂ ਨੇ ਜੀ। ਸ਼ੁਰੂ ਕਰਦੇ ਹਾਂ ਜੀ ਆਪਣੇ ਪਿੰਡ ਖਰਲ ਕਲਾਂ ਵਾਲੇ ਚੌਂਕ ਤੋਂ, ਸੱਜੇ ਪਾਸੇ ਆ ਜੀ ਸਰਦਾਰ ਸਰਬਜੀਤ ਸਿੰਘ ਹੁਣਾਂ ਦਾ ਘਰ, ਇਸ ਬਿਲਕੁਲ ਸਾਹਮਣੇ ਗੁੱਠ 'ਤੇ ਘਰ ਪੈਂਦਾ ਜੀ ਸਰਦਾਰ ਕੁਲਦੀਪ ਸਿੰਘ ਹੁਣਾਂ ਦਾ, ਅਤੇ ਸੱਜੇ ਪਾਸੇ ਮੁੜਦੇ ਹਾਂ ਜੀ ਸੱਜੇ ਪਾਸੇ ਘਰ ਹੈ ਜੀ ਸਰਦਾਰ ਭਜਨ ਸਿੰਘ ਹੁਣਾਂ ਦਾ, ਅਤੇ ਉਸ ਤੋਂ ਗਾਂਹ ਜਾਂਦੇ 'ਤੇ ਘਰ ਹੈ ਜੀ ਸਰਦਾਰ ਸ਼ਾਮ ਸਿੰਘ ਹੁਣਾਂ ਦੇ ਪੁੱਤਰ ਸਰਦਾਰ ਜਸਵਿੰਦਰ ਸਿੰਘ ਹੁਣਾਂ ਦਾ ਜੀ। ਇਹ ਖਰਲਾਂ ਵਾਲਾ ਰਸਤਾ ਜੀ ਇੱਥੇ ਬਿਲਕੁਲ ਖੱਬੇ ਪਾਸੇ, ਇਸ ਮਤਲਬ ਕਹਿ ਲਓ ਵੀ ਰੋਡ ਦੇ ਬਿਲਕੁਲ ਨਾਲ ਇੱਕ ਛੱਪੜ ਦੋਸਤੋ ਹੈ ਸਾਡੇ ਪਿੰਡ ਦਾ, ਉਹ ਬਣਿਆ ਹੋਇਆ ਜੀ, ਅਤੇ ਤੁਹਾਨੂੰ ਥੋੜ੍ਹਾ ਦਿਖਾ ਦਿੰਦੇ ਗਾਂਹ ਜਾ ਕੇ। ਇਹ ਦੇਖੋ ਇਹ ਛੱਪੜ ਆ ਜੀ ਜੋ ਕਿ ਸਾਡੇ ਪਿੰਡ ਤੋਂ ਖਰਲ ਕਲਾਂ ਨੂੰ ਰੋਡ ਜਾਂਦੀ ਹੈ, ਮਤਲਬ ਆਬਾਦੀਆਂ ਦੇ ਬਿਲਕੁਲ ਅੱਗੇ ਜਾ ਕੇ ਖੱਬੇ ਪਾਸੇ ਛੱਪੜ ਜੋ ਹੈ ਉਹ ਬਣਿਆ ਹੋਇਆ ਜੀ। ਹੁਣ ਆਪਾਂ ਦੇਖਾਂਗੇ ਪਿੰਡ ਦੀ ਪੱਛਮੀ ਬਾਹੀ ਦੇ ਵੱਲ ਸਕੂਲ ਦੇ ਸਾਹਮਣੇ ਵਾਲੇ ਪਾਸੇ ਜੋ ਆਬਾਦੀਆਂ ਬਣੀਆਂ ਨੇ ਜੀ, ਅਤੇ ਹੁਣ ਆਪਾਂ ਨੈਸ਼ਨਲ ਹਾਈਵੇ ਤੋਂ ਆਪਣੇ ਪਿੰਡ ਵਾਲੇ ਪਾਸੇ ਨੂੰ ਜਾ ਰਹੇ ਹਾਂ ਜੀ, ਭਾਵ ਕਿ ਅਸੀਂ ਪਿੰਡ ਦੀ ਪੱਛਮੀ ਬਾਹੀ ਵਾਲੇ ਪਾਸੇ ਨੂੰ ਜਾ ਰਹੇ ਹਾਂ ਜੀ। ਅਤੇ ਹੁਣ ਸਾਹਮਣੇ ਪਾਸੇ ਕੁਝ ਆਬਾਦੀਆਂ ਦਿਖਾਈ ਦੇ ਰਹੀਆਂ ਨੇ ਜੀ। ਖੱਬੇ ਪਾਸੇ ਜੇ ਗੱਲ ਕਰੀਏ ਆਪਾਂ, ਤਾਂ ਖੱਬੇ ਪਾਸੇ ਇੱਕ ਮਤਲਬ ਗੈਰਜ ਬਣਿਆ ਹੋਇਆ ਸਰਦਾਰ ਸਰਬਜੀਤ ਸਿੰਘ ਹੁਣਾਂ ਦਾ ਜੀ,
ਨਾਲ ਹੀ ਸਰਦਾਰ ਗੁਰਬਚਨ ਸਿੰਘ ਹੋਣਾ ਦੀ ਹਵੇਲੀ ਆ ਜੀ, ਅਤੇ ਉਸ ਤੋਂ ਅੱਗੇ ਪਲਾਟ ਖਾਲੀ ਆ ਜੀ। ਸੱਜੇ ਪਾਸੇ ਸਕੂਲ ਡਿਸਪੈਂਸਰੀ ਆ ਜੀ, ਅਤੇ ਹੋਰ ਖਾਂ ਜਾਂਦੇ ਤਾਂ ਖੱਬੇ ਪਾਸੇ ਸਰਦਾਰ ਪ੍ਰੀਤਮ ਸਿੰਘ ਅਤੇ ਸਰਦਾਰ ਅਜੀਤ ਸਿੰਘ ਹੋਣਾ ਦੀਆਂ ਹਵੇਲੀਆਂ ਨੇ, ਅਤੇ ਆਹ ਬਣਦਾ ਸਾਡੇ ਪਿੰਡ ਦੇ ਸਕੂਲ ਵਾਲਾ ਚੌਂਕ। ਖੱਬੇ ਮੁੜਦੇ ਹਾਂ ਜੀ, ਖੱਬੇ ਮੁੜਦੇ ਹਾਂ ਸਾਰੀ ਹਵੇਲੀ ਨੂੰ ਕ੍ਰੋਸ ਕਰਦੇ ਹਾਂ, ਅਤੇ ਖੱਬੇ ਵਾਲੇ ਪਾਸੇ ਸਰਦਾਰ ਗੁਰਮੇਲ ਸਿੰਘ ਹੋਣਾ ਦਾ ਘਰ ਹੈ ਜੀ। ਹੁਣ ਆਪਾਂ ਕਵਰ ਕਰਾਂਗੇ ਜੀ ਆਪਣੇ ਪਿੰਡ ਦੀ ਪੱਛਮੀ ਬਾਹੀ 'ਤੇ ਸਥਿਤ ਸਕੂਲ ਵਾਲਾ ਪਾਸਾ ਜੀ। ਸਾਹਮਣੇ ਪਾਸੇ ਜੀ ਪਿੰਡ ਦੀ ਡਿਸਪੈਂਸਰੀ, ਅਤੇ ਡਿਸਪੈਂਸਰੀ ਦੇ ਬਿਲਕੁਲ ਨਾਲ ਹੀ ਆ ਜੀ ਸਾਡੇ ਪਿੰਡ ਦਾ ਸਰਕਾਰੀ ਐਲੀਮੈਂਟਰੀ ਸਕੂਲ। ਅਤੇ ਆਪਾਂ ਅੰਦਰ ਪਹੁੰਚਦੇ ਹਾਂ ਜੀ, ਅਤੇ ਇਹ ਆ ਜੀ ਸਾਡੇ ਪਿੰਡ ਦੇ ਸਕੂਲ ਦਾ ਅੰਦਰਲਾ ਵਾਲਾ ਪਾਸਾ, ਅਤੇ ਸੋਹਣੇ ਸੋਹਣੇ ਬੋਰਡ ਲੱਗੇ ਹੋਏ ਨੇ। ਸਾਹਮਣੇ ਪਾਸੇ ਸਕੂਲ ਦੀ ਇਮਾਰਤ ਹੈ ਜੀ, ਅਤੇ ਜਿਹੜੇ ਮੇਰੇ ਵੀਰ ਸਕੂਲ 'ਚ ਬਚਪਨ 'ਚ ਪੜ੍ਹੇ ਨੇ ਉਹ ਦੇਖ ਸਕਦੇ ਨੇ ਵੀ ਪਹਿਲਾਂ ਅਤੇ ਹੁਣ ਦਾ ਸਕੂਲ ਦਾ ਮਾਹੌਲ ਕੀ ਹੈ ਜੀ। ਇਹ ਸਕੂਲ ਦੀ ਇਮਾਰਤ ਹੈ ਜੀ, ਅਤੇ ਸਕੂਲ ਦੇ ਕੰਪਲੈਕਸ ਦੇ ਵਿੱਚ ਹੀ ਪੰਚਾਇਤ ਘਰ ਹੈ ਦੋਸਤੋ, ਉਹਦਾ ਜੋ ਕਮਰਾ ਉਹ ਬਣਿਆ ਹੋਇਆ ਜੀ। ਅਤੇ ਇਸ ਪਾਸੇ ਸੋਹਣੇ ਸੋਹਣੇ ਬੋਰਡ ਲੱਗੇ ਹੋਏ ਨੇ ਜੀ ਜੋ ਕਿ ਜਾਣਕਾਰੀ ਦਿੰਦੇ ਨੇ। ਅਤੇ ਇਸੇ ਕੰਪਲੈਕਸ ਦੇ ਵਿੱਚ ਅਤੇ ਅੰਦਰੋਂ ਅੰਦਰ ਜਾਈਏ ਅਤੇ ਸਾਹਮਣੇ ਪਾਸੇ ਜੋ ਜੋ ਡਿਸਪੈਂਸਰੀ ਹੈ ਜੀ ਸਾਡੇ ਪਿੰਡ ਨੂੰ ਜੋ ਦੀਆਂ ਜੋ ਸਿਹਤ ਸਹੂਲਤਾਂ ਨਾਲ ਸੰਬੰਧ ਰੱਖਦੀ ਹੈ ਜੀ ਉਹ ਹੈ ਜੀ ਡਿਸਪੈਂਸਰੀ, ਉਹਦਾ ਮਾਹੌਲ ਇਹੋ ਜਿਹਾ ਹੈ ਜੀ। ਅਤੇ ਸਾਹਮਣੇ ਪਾਸੇ ਫਿਰ ਸਕੂਲ ਆ ਗਿਆ ਜੀ, ਅਤੇ ਹੁਣ ਆਪਾਂ ਸਕੂਲ ਦੇ ਕੰਪਲੈਕਸ ਦੇ ਅੰਦਰੋਂ ਅੰਦਰ ਹੀ ਫਿਰ ਜਾਂਦੇ ਹਾਂ ਜੀ ਜੋ ਆਂਗਨਵਾੜੀ ਸੈਂਟਰ ਹੈ ਜੀ ਦੋਸਤੋ। ਸਾਹਮਣੇ ਵਾਲੇ ਪਾਸੇ ਹੁਣ ਆਪਾਂ ਦੇਖ ਸਕਦੇ ਹਾਂ ਆਂਗਨਵਾੜੀ ਸੈਂਟਰ ਦੇ ਦੋ ਕਮਰੇ, ਅਤੇ ਨਾਲ ਦੀ ਨਾਲ ਮੋਰਲੇ ਵਾਲੇ ਪਾਸੇ ਖੁੱਲ੍ਹਾ ਡੁੱਲਾ ਵਿਹੜਾ ਜੀ। ਗੱਲ ਕਰੀਏ ਜੇ ਆਪਣੇ ਬਚਪਨ ਦੀ, ਇੱਥੇ ਪਹਿਲਾਂ ਇਸ ਤਰ੍ਹਾਂ ਆਂਗਨਵਾੜੀ ਸੈਂਟਰ ਨਹੀਂ ਸੀ ਹੁੰਦਾ, ਇੱਥੇ ਕਹਿ ਲਓ ਵੀ ਸਕੂਲ ਦਾ ਹੀ ਗਰਾਊਂਡ ਹੁੰਦਾ ਸੀ, ਲੇਕਿਨ ਅੱਜ ਇੱਥੇ ਜੋ ਆਂਗਨਵਾੜੀ ਸੈਂਟਰ ਹੈ ਉਹ ਆਪਾਂ ਉਸਨੂੰ ਮੌਜੂਦ ਦੇਖ ਸਕਦੇ ਹਾਂ ਜੀ। ਲਓ ਜੀ ਦੋਸਤੋ, ਮਾਹੌਲ ਹੋ ਗਿਆ ਇੱਦਾਂ ਵੀ ਆਪਣਾ ਸਾਈਕਲ ਹੋ ਗਿਆ ਪੈਂਚਰ। ਅਸਲ ਜੇ ਆਪਾਂ ਨਾ ਇੱਕ ਕੱਚਾ ਰਸਤਾ ਕਵਰ ਕੀਤਾ ਸੀ ਉਹ ਸ਼ਮਸ਼ਾਨ ਘਰ ਵਾਲੇ ਪਾਸੇ, ਅਤੇ ਕਾਰਨ ਬਣਿਆ ਜੀ ਆਹ ਇਹ ਨੇ ਜੀ ਭੱਖੜੇ, ਅਤੇ ਭੱਖੜੇ ਲੱਗ ਗਏ ਟਾਇਰ ਦੇ ਵਿੱਚ, ਅਤੇ ਜਿਨ੍ਹਾਂ ਨੇ ਟਾਇਰ ਕਰਤਾ ਪੈਂਚਰ। ਅਤੇ ਚਲੋ ਕੋਈ ਨਹੀਂ, ਆਪਾਂ ਜੀ ਹੁਣ ਇਹ ਸਾਈਕਲ ਨੂੰ ਕਰਦੇ ਹਾਂ ਹਵੇਲੀ ਖੜ੍ਹਾ, ਅਤੇ ਨਵਾਂ ਸਾਈਕਲ ਫਿਰ ਤਿਆਰ ਕਰਦੇ ਹਾਂ, ਫਿਰ ਤੁਹਾਨੂੰ ਕਰਦੇ ਹਾਂ ਜੀ ਅਗਲੀ ਗੱਲਬਾਤ ਜੀ। ਹਾਂਜੀ ਦੋਸਤੋ, ਇਸ ਮਤਲਬ ਭਾਗ ਦੇ ਵਿੱਚ ਭਾਗ 3 ਜਾਂ ਇਸ ਤੋਂ ਪਹਿਲਾਂ ਦੇ ਭਾਗ 2 ਦੇ ਵਿੱਚ ਆਪਾਂ ਆਪਣੇ ਪਿੰਡ ਦੀ ਆਬਾਦੀ ਦੇ ਦਾ ਸਾਰਾ ਜੋ ਉੱਥੋਂ ਰਕਬਾ ਹੈ ਉਸਨੂੰ ਕਵਰ ਕਰਨ ਦਾ ਉਪਰਾਲਾ ਕੀਤਾ ਜੀ, ਜਾਂ ਕਹਿ ਲਓ ਵੀ ਆਪਾਂ ਪਿੰਡ ਦੇ ਆਬਾਦੀ ਦੇ ਸਾਰੇ ਸਾਰੇ ਦ੍ਰਿਸ਼ ਨੇ ਉਹ ਦੇਖਣੇ ਕੀਤੇ ਨੇ ਜੀ। ਅਤੇ ਪਿੰਡ ਦੇ ਦ੍ਰਿਸ਼ ਦੇਖਦੇ ਹੋਇਆਂ ਮੈਨੂੰ ਬਹੁਤ ਕੁਝ ਇੱਕ ਮਤਲਬ ਜੋ ਪੁਰਾਤਨ ਚੀਜ਼ਾਂ ਨੇ ਉਹ ਵੀ ਦੇਖਣ ਨੂੰ ਮਿਲੀਆਂ, ਜਿਵੇਂ ਕਿ ਪੁਰਾਤਨ ਦਰਖਤ ਅਤੇ ਪੁਰਾਤਨ ਘਰ। ਅਤੇ ਪੁਰਾਤਨ ਚੀਜ਼ਾਂ ਅਕਸਰ ਜੋ ਜਜ਼ਬਾਤੀ ਥੋੜ੍ਹਾ ਜਿਹਾ ਮਾਹੌਲ ਬਣਾ ਦਿੰਦੀਆਂ ਨੇ ਜੀ, ਕਿਉਂਕਿ ਸਾਨੂੰ ਕਿਸੇ ਪੁਰਾਣੇ ਸਮੇਂ ਦੀ ਯਾਦ 'ਚ ਸਾਨੂੰ ਲਿਆ ਜਾਂਦੀਆਂ ਨੇ। ਜਿਵੇਂ ਜਦੋਂ ਆਪਣੇ ਮੈਂ ਪੁਰਾਣੇ ਦਰਖਤ ਦੇਖੇ ਨਾ ਪਿੰਡ ਦੇ, ਜਿਵੇਂ ਕਿ ਪੁਰਾਣਾ ਬੋਹੜ ਦੇਖਿਆ, ਪੁਰਾਣਾ ਪਿੱਪਲ ਦੇਖਿਆ, ਤਾਂ ਉਹਨਾਂ ਨੂੰ ਦੇਖ ਕੇ ਇੰਝ ਮਹਿਸੂਸ ਹੋਇਆ ਵੀ ਜਿਵੇਂ ਸਾਡੀਆਂ ਸ਼ਾਇਦ ਇੱਕ ਦੋ ਪੀੜ੍ਹੀਆਂ ਪਹਿਲੀਆਂ ਪੀੜ੍ਹੀਆਂ ਉਹਨਾਂ ਨੇ ਸ਼ਾਇਦ ਇਹਨਾਂ ਦਰੱਖਤਾਂ ਦੀ ਛਾਂ ਮਾਣੀ ਹੋਵੇ। ਜਿਵੇਂ ਕਹਿ ਲਓ ਵੀ ਸਾਡੀਆਂ ਪੁਰਾਣੀਆਂ ਪੀੜ੍ਹੀਆਂ ਦੀ, ਸਾਡੀ ਪੁਰਾਣੀ ਜਨਰੇਸ਼ਨ ਦੀ ਕਹਿ ਲਓ ਵੀ ਉਹਨਾਂ ਦੀ ਮੌਜੂਦਗੀ ਦੀ ਗਵਾਹ ਨੇ ਇਹ ਜੋ ਦਰੱਖਤ ਨੇ, ਖਜੂਰ ਹੋਇਆ, ਪਿੱਪਲ ਹੋਇਆ, ਬੋਹੜ ਹੋਇਆ। ਇਸੇ ਤਰ੍ਹਾਂ ਪਿੰਡ ਵਿੱਚ ਆਪਾਂ ਕੁਝ ਪੁਰਾਣੇ ਘਰ ਦੇਖੇ ਨੇ, ਕੁਝ ਘਰਾਂ ਨੂੰ ਜਿੰਦਰੇ ਲੱਗੇ ਹੋਏ ਸਨ, ਅਤੇ ਕੁਝ ਘਰਾਂ ਦੀ ਹਾਲਤ ਬਹੁਤ ਜ਼ਿਆਦਾ ਕਹਿ ਲਓ ਜਰਜਰ ਹਾਲਤ 'ਚ ਹਨ। ਅਤੇ ਉਹਨਾਂ ਨੂੰ ਦੇਖ ਕੇ ਲੱਗਾ ਯਾਰ ਵੀ
ਹੋ ਸਕਦਾ ਕਿਸੇ ਵੇਲੇ ਇਹਨਾਂ ਘਰਾਂ ਵਿੱਚ ਚਹਿਲ ਪਹਿਲ ਹੋਵੇ, ਰੌਣਕਾਂ ਹੋਣ, ਹੈ ਨਾ। ਲੇਕਿਨ ਅੱਜ ਉਹ ਘਰ ਬੰਦ ਅਤੇ ਵੀਰਾਨ ਪਏ ਨੇ, ਅਤੇ ਹੋ ਸਕਦਾ ਉਹ ਘਰ ਅੱਜ ਵੀ ਆਪਣੇ ਮਾਲਕਾਂ ਨੂੰ ਉਡੀਕ ਰਹੇ ਹੋਣ, ਜਿਹੜੇ ਮਾਲਕ ਹੁਣ ਘਰ ਛੱਡ ਕੇ ਨਵੀਆਂ ਕੋਠੀਆਂ 'ਚ ਜਾ ਵਸੇ ਨੇ ਜਾਂ ਕਿਸੇ ਸ਼ਹਿਰ ਜਾਂ ਵਿਦੇਸ਼ 'ਚ ਜਾ ਵਸੇ ਨੇ, ਉਹਨਾਂ ਦੀ ਇਹ ਘਰ ਉਡੀਕ ਕਰ ਰਹੇ ਹੋਣ। ਪਰ ਦੋਸਤੋ, ਇਸ ਤਰ੍ਹਾਂ ਦਾ ਥੋੜ੍ਹਾ ਜਿਹਾ ਜਜ਼ਬਾਤੀ ਮਾਹੌਲ ਬਣਿਆ ਸੀ ਪਿੰਡ ਦੇ ਪੁਰਾਣੇ ਇਹਨਾਂ ਮਾਹੌਲ ਨੂੰ ਦੇਖ ਕੇ। ਅਤੇ ਠੀਕ ਹੈ ਜੀ, ਆਪਾਂ ਹੁਣ ਵਧਾਂਗੇ ਅਗਲੇ ਵਾਲੇ ਪਾਸੇ, ਭਾਵ ਕਿ ਸੀਰੀ ਦੇ ਅਗਲੇ ਭਾਗ ਵਾਲੇ ਪਾਸੇ, ਭਾਗ 4 ਵਾਲੇ ਪਾਸੇ, ਜਿਹਦੇ ਵਿੱਚ ਆਪਾਂ ਪਿੰਡ ਦੇ ਜੋ ਖੇਤ ਖਲਿਆਣ ਦੇਖਾਂਗੇ, ਪਿੰਡ ਦੇ ਮੋਟਰਾਂ ਦੇਖਾਂਗੇ, ਹੋ ਸਕਦਾ ਕੋਈ ਖੂਹ ਹੋ ਮਿਲਿਆ ਤਾਂ ਉਹ ਵੀ ਦੇਖਾਂਗੇ ਜੀ। ਇਸ ਭਾਗ ਦੇ ਵਿੱਚ ਕੋਈ ਮਤਲਬ ਸ਼ੂਟ ਕਰਦੇ ਹਾਂ, ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ਼ੀ ਮੰਗਦੇ ਹਾਂ ਜੀ। ਹੁਣ ਤੁਹਾਨੂੰ ਮਿਲਾਂਗੇ ਨਵੇਂ ਭਾਗ ਦੇ ਵਿੱਚ, ਜਦ ਤੱਕ ਲਈ ਸਤਿ ਸ਼੍ਰੀ ਅਕਾਲ।